ਨਮਸਕਾਰ ਹਫਤੇ ਦੇ ਲੇਖੇ ਜੋ ਖਿਚਤ ਹੁੰਦਾ ਸਭਨੇ ਦਾ ਸਵਾਗਤ ਹੈ ਮੈਂ ਅਰਜਨੀ ਅਨੁਭਵ ਆਓ ਸਭਨੇ ਸਪੱਲੇਪਾਲ ਵਾਣੇ ਆਫਤੇ ਪਰਚ ਉਈ ਦੀ ਗਤੀਵਿਧੀਆਂ ਉਪਰ ਕੇਂਦਰ ਸਰਕਾਰ ਦੀ ਜੰਮੂ ਕਸ਼ਮੀਰ ਲਈ ਬਣਾਈ ਗਈ ਦੀ ਨਵੀਂ ਉਦਯੋਗ ਨੀਤੀ ਦੇ ਤਹਿਤ 50000 ਕਰੋੜ ਰੁਪਏ ਦੇ ਨਿਵੇਸ਼ ਦੀ ਬੱਕੀ ਬਦਾਰ ਦੇ ਪਰਦੇਸ਼ ਚ ਇਨਲੈਂਡ ਕੰਟੇਨਰ ਡਿਪੋ ਵੀ ਸਥਾਪਿਤ ਹੋਣ ਜਾ ਰਹੇ ਜੰਮੂ ਸੰਬਾਗ ਦੇ ਸੰਬਾ ਜ਼ਿਲ੍ਹੇ ਚ ਬਣਨੇ ਜਾ ਰਹੇ ਇਸ ਇਨਲੈਂਡ ਕੰਟੇਨਰ ਡਿਪੋ ਦੇ ਬਣਨੇ ਕੰਨੇ ਆਯਾਤ ਦੇ ਕੰਨੇ ਕੰਨੇ ਨਿਰਯਾਤ ਦੇ ਰਸਤੇ ਵੀ ਖੁੱਲੀਗੇ ਜਾੰਗਣ ਆਯਾਤ ਨਿਰਯਾਤ ਸਸਤਾ ਹੋਣ ਦੇ ਕਾਰਨ ਪਰਦੇਸ਼ ਚ ਉਦਯੋਗਿਕ ਰਫਤਾਰ ਕੀ ਤੇਜ਼ੀ ਮਿਲਲ ਤੇ ਜੰਮੂ ਕਸ਼ਮੀਰ ਕੀ ਦੇਸ਼ ਦਾ ਪ੍ਰਮੁੱਖ ਉਦਯੋਗਿਕ ਕੇਂਦਰ ਬਣਾਉਣੇ ਦਾ ਮੋਦੀ ਸਰਕਾਰ ਦਾ ਲਕਸ਼ਯ ਪੂਰਾ ਕਰਨੇ ਚ ਸਹਿਯੋਗ ਮਿਲਲ ਅਜੇ ਤੱਕ ਜੰਮੂ ਕਸ਼ਮੀਰ ਚ ਉਦਯੋਗ ਚਲਾਉਣ ਦੇ ਉਦਯੋਗਪਤੀਆਂ ਕੀ ਸੜਕ ਮਾਰਗ ਥਵਾ ਆਯਾਤ ਨਿਰਯਾਤ ਕਰਨਾ ਪੁੰਦਾ ਹ ਜਿਹੜਾ ਕਾਫੀ ਮਹੰਗਾ ਪੁੰਦਾ ਹ 19 ਡਿੱਪੂ ਕਨੇ ਮਾਲ ਸਿੱਧਾ ਰੇਲ ਮਾਰਗ ਤੇ ਉਹਦੇ ਅਗੇ ਸਮੁੰਦਰੀ ਮਾਰਗ ਥਵਾ ਦੇਸ਼ ਵਿਦੇਸ਼ ਚ ਪਹੁੰਚੀ ਪਾਗ ਤੇ ਇਆਂਗੇ ਆਯਾਤ ਵੀ ਉਹੀ ਪਾਗ ਇਹਦੇ ਕੰਨੇ ਜੰਮੂ ਕਸ਼ਮੀਰ ਚ ਆਯਾਤ ਤੇ ਨਿਰਯਾਤ ਕੀ ਨਵੀਂ ਦਸ਼ਾ ਮਿਲਕ ਤੇ ਟ੍ਰਾਂਸਪੋਰਟ ਖਰਚ ਘਟੋਣੇ ਕੰਨੇ ਪਰਦੇਸ਼ ਦੇ ਉਦਯੋਗਪਤੀ ਵਿਆਸ਼ਵਿਕ ਬਾਜ਼ਾਰ ਚ ਵੀ ਉਤਰੀ ਪਾਗਨ ਦੁਨੀਆ ਦੇ ਸਭਨੇ ਸੌੱਚੇ ਯੁਸਤਲ ਸਿਆਚਿਨ ਚ ਖੂਨ ਜਮਾਈ ਦੇਣ ਵਾਲੀ ਠੰਡ ਚ 8 ਦਿਵਿਆਂਗੇ ਦੇ ਦਲ ਨੇ ਉਸ ਲਈ ਦੀ ਗਰਮ ਜੋਸ਼ੀ ਕਨੇ ਵਿਸ਼ਵਕੀਰਤੀਮਾਨ ਬਣਾਈ ਸੁਟਿਆ ਸੈਨਾ ਦੇ ਆਪਰੇਸ਼ਨ ਬਲੂ ਫਰੀडम ਐਕਸਪੀਡੇਸ਼ਨ ਦੇ ਤਹਿਤ ਜਿਹੜੇ ਨਹੀਂ ਦਿਖੀ ਸਕਦੇ ਜਾਂ ਜਿਹੜੇ ਆਪਣੀ ਲੱਤਾਂ ਗਵਾਏ ਚੁਕੇ ਦੇਨ ਇਨੇ ਸਾਹਸਿਕ ਦਿਵਿਆਂਗੀ 5 ਦਿਨੇ ਚ 60 ਕਿਲੋਮੀਟਰ ਦੀ ਚੜਾਈ ਚੜੀ ਸਿਆਚਿੰਗ ਗਲੇਸ਼ੀਅਰ ਦੀ 15632 ਫੁੱਟ ਦੀ ਉਚਾਈ ਉਪਰਸਥਿਤ ਕੁਮਾਰ ਪੋਸਟ ਉੱਪਰ ਇੰਨੀ ਮਤੀ ਸੰਖਿਆ ਚ ਦਿਵਿਆਂਗੇ ਦੇ ਪੁੱਜਨੇ ਕਨੇ ਵਿਸ਼ਵਕੀਰਤੀਮਾਨ ਬਣ ਗਿਆ ਇਸ ਦਲ ਦੀ ਸੈਨਾ ਦੇ ਵਿਸ਼ੇਸ਼ ਬਲੇ ਦੇ ਵੈਟਰਨ ਦੀ ਟੀਮ ਨੇ ਪ੍ਰਸ਼ਿਕਸ਼ਿਤ ਕੀਤਾ ਦਾ ਹ ਸੈਨੇ ਪਰਵਕਤਾ ਨੇ ਦੱਸਿਆ ਜੇ 5 ਦਿਨਾਂ ਦੇ ਇਸ ਚੁਣੌਤੀਪੂਰਨ ਟਾਸਕ ਕੀ 7 ਸਤੰਬਰ ਕੀ ਸ਼ੁਰੂ ਕਰਿਆ 11 ਸਤੰਬਰ ਤੋੜੀ ਸਫਲਤਾਪੂਰਨ ਪੂਰਾ ਕਰ ਲਿਆ ਤਾ 60 ਕਿਲੋਮੀਟਰ ਦੇ ਬੇਹਦ ਮੁਸ਼ਕਿਲ ਸਫਰ ਕਰਨਗੇ ਦਿਵਿਆਂਗੇ ਦੇ ਦਲ ਨੇ 4000 ਫੁੱਟ ਦੀ ਉਚਾਈ ਚੜੀਆ ਵਿਸ਼ਵ ਰਿਕਾਰਡ ਬਨਾਇਆ ਉਪਰਾਜਪਾਲ ਮਨੋ ਸਿਨਾਵਰੇ ਐਤਵਾਰੇ ਗੁੱਜਰ ਬਕਰਵਾਲ ਤੇ ਗੱਦੀ ਸਿਪੀ ਸਮੁਦਾਏ ਦੇ ਲੋਕਾਂ ਗੀ ਤੋਹਫਾ ਦਿੱਤਾ ਇਸ ਦਿਨ ਕੀ ਉਹਨੇ ਇਤਿਹਾਸਿਕ ਕਰਾਰ ਦਿੰਦਿਓ ਯਾ ਆਖਿਆ ਜੇ ਵਨ ਅਧਿਕਾਰ ਅਧਿਨਿਯਮ 2006 ਦੇ ਤਹਿਤ ਗੁਰਜਰ ਬਕਰਵਾਲ ਤੇ ਗੱਦੀ ਸਿੱਪੀ ਸਮੁਦਾਏ ਦੇ ਲਾਭਾਰਥੀਂ ਕੀ ਵਿਅਕਤੀਗਤ ਤੇ ਸਮੁਦਾਇਕ ਅਧਿਕਾਰ ਪ੍ਰਮਾਨ ਪੱਤਰ ਸੌਂਪੇਗੇ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵੰਚਿਤ ਜਨਜਾਤੀ ਆਵਾਦੀ ਲਈ ਸਸ਼ਕਤੀਕਰਨ ਤੇ ਸਮ੍ਰiddhi ਲਈ ਨਵੇਂ ਯੁੱਗ ਦੀ ਸ਼ੁਰੂਆਤ ਕਰਗ ਉਪਰਾਜੇ ਪਾਲੋਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਉਂ ਦਾ ਆਵਾਰ ਜਤਾਇਆ ਤੇ ਆਖਿਆ ਜੇ ਉੰਦੇ ਆਦਰਸ਼ਾਂ ਦਾ ਇਮਾਨਦਾਰੀ ਕਰਨੇ ਪਾਲਨ ਕਰਦਿਓਈ ਆਸ ਜਨਜਾਤੀ ਸਮੁਦਾਇਗੀ ਉਚਿਤ ਅਧਿਕਾਰ ਦੇਣ ਲਈ ਅੱਗੇ ਵਧਾਨਿਆ ਸਾਡੇ ਆਦੀਵਾਸੀ ਭਰਾਏ ਤੇ ਭੈਣ ਲਈ ਇੱਕ ਨਵੀਂ ਨਿਆਂ ਸੰਗਤ ਸਮਾਜਿਕ ਵਿਵਸਥਾ ਬਣਾਉਣ ਲਈ ਐਓਜੇ ਨਿਨਨੇ ਲਾਤੇ ਜਾਰ ਦੇਣ ਕੇਂਦਰੀ ਰੇਲ ਮੰਤਰੀ ਅਸ਼wini ਵੈਸ਼ਨਵੋ ਨੇ ਹਾਲ ਚਿੱਕੇ ਬੰਦੇ ਭਾਰਤ ਐਕਸਪ੍ਰੈਸ ਦੇ ਮਾਧਿਅਮ ਕਨੇ ਕਟਰਾ ਥਮਾ ਜੰਮੂ ਤੋੜੀ ਦੀ ਯਾਤਰਾ ਕੀਤੀ। ਯਾਤਰਾ ਦੇ ਦੌਰਾਨ ਰੇਲ ਮੰਤਰੀਓ ਨੇ ਯਾਤਰੀ ਕਰਨੇ ਗੱਲਬਾਤ ਕੀਤੀ ਤੇ ਉਹਨੇ ਕਿ ਟ੍ਰੇਮ ਚ ਆਰਾਮ ਦੇ ਸਤਰ ਤੇ ਉਹਨੇ ਕਿ 49 ਬਸੇ ਬਾਰੇ ਉਹਨੇ ਪੁੱਛਿਆ। ਉਹਨੇ ਇਸ ਮੌਕੇ ਪਰ ਸੈਮੀ ਹਾਈ ਸਪੀਡ ਟ੍ਰੇਨ ਦੇ ਸਰਵੰਦਾ ਚ ਯਾਤਰੀ ਦੇ ਸੁਝਾਅ ਵੀ ਲਏ ਤੇ ਇਸ ਮੌਕੇ ਪਰ ਮੰਤਰੀਓ ਰ ਲੋਕੋਮੋਟਿਵ ਡਰਾਈਵਰ ਕਰਨੇ ਵੀ ਗੱਲਬਾਤ ਕੀਤੀ। ਉਹਨੇ ਪੁੱਛਿਆ ਜੇ ਬੰਦੇ ਭਾਰਤ ਬਾਕੀ ਟ੍ਰੇਨ ਕੋਲਾ ਬਖ ਕੀ ਹੈ। ਵੈਸ਼ਨੋਵਰੇ ਟੂਟਰ ਉਪਰ ਬੰਦੇ ਭਾਰਤ ਐਕਸਪ੍ਰੈਸ ਦੀ ਆਪਣੀ ਯਾਤਰਾ ਦੀ ਚਲਕਿਆ ਬੇ ਸਾਂਝਾ ਕੀਤੀਆਂ ਸਾਂਝਾ ਕੀਤੀ ਜਿਹੜੀ ਇੱਕ ਵੀਡੀਓ ਚ ਉਹ ਮਹਿਲਾ ਯਾਤਰੀ ਕਰਨ ਗਲਕਾਤ ਕਰਦੇ ਹੋਈ ਨਜ਼ਰ ਆਰਦੇ ਨੇ ਜਿਹਦੇ ਚ ਬੰਦੇ ਭਾਰਤ ਟ੍ਰੇਨ ਚ ਯਾਤਰਾ ਕਰਨ ਦਾ ਹੁੰਦਾ ਅਨੁਭਵ ਰੇਲ ਮੰਤਰੀ ਹੁੰਦੇ ਕਰਨੇ ਸਾਂਝਾ ਕਰਾਰਦੀ ਹੈ ਵੈਸ਼ਨੋਵਰੇ ਇਸ ਮੌਕੇ ਪਰ ਦੱਸਿਆ ਜੇ ਕਸ਼ਮੀਰ ਦੇ ਬਾਰਾਮੂਲਾ ਕੀ ਜੰਮੂ ਕੰਨੇ ਟ੍ਰੇਨ ਦੇ ਜ਼ਰੀਏ ਜੋੜਨੇ ਦਾ ਕੰਮ ਚਲਾਰਦਾ ਹੈ ਇਹਦੇ ਲਈ ਕੰਮ 2023 ਤੋੜੀ ਖਤਮ ਹੋਣ ਦੀ ਉਮੀਦ ਹੈ ਰੇਲ ਮੰਤਰੀਓ ਨੇ ਲੋਕਾਂ ਕਨੇ ਵਾਦਾ ਕੀਤਾ ਹੈ ਜੇ ਕਸ਼ਮੀਰ ਘਾਟੀ ਦੇ ਰੇਲ ਸੰਪਰਕ 2024 ਤੋਂ ਪਹਿਲੇ ਜਨਤਾ ਲਈ ਖੋਲੀ ਦਿੱਤਾ ਜਾਵੇ ਉਹਨੇ ਇਹ ਵੀ ਆਖਿਆ ਜੇ ਮੋਬਾਈਲ ਤੇ ਇੰਟਰਨੈਟ ਕਨੈਕਟੀਵਿਟੀ ਦੇ ਮਾਧਿਅਮ ਕਨੇ ਦੇਸ਼ ਦੇ ਦੂਰ ਦਰਾਜ ਦੇ ਖੇਤਰਾਂ ਨੂੰ ਜੋੜਨੇ ਲਈ ਵਿਵਸਥਿਤ ਸਰਵੇਖਣ ਵੀ ਕੀਤਾ ਜਾ ਰਿਹਾ ਹੈ ਕੋਵਿਡ ਦੀ ਸਥਿਤੀ ਨਿਯੰਤਰਣ ਆਨੇ ਪ੍ਰੰਤ ਜੰਮੂ ਕਸ਼ਮੀਰ ਸੇਵਾ ਚयन ਬੋਰਡ ਨੇ ਆਪਣੀ ਪ੍ਰੀਖਿਆ ਸ਼ਡਿਊਲਿੰਗ ਸ਼ੁਰੂ ਕਰ ਦਿੱਤਾ ਹੈ। ਅਗਸਤ ਚ ਸਵਾਸਥੇ ਤੇ ਚਿਕਿਤਸਾ ਸਿੱਖਿਆ ਵਿਭਾਗ ਦੇ 1200 ਪਦਿਆਂ ਉੱਪਰ ਭਰਤੀ ਲਈ ਪ੍ਰੀਖਿਆ ਆਯੋਜਿਤ ਕਰਨੇ ਪ੍ਰੰਤ ਬੋਰਡੋਂ 25 ਸਤੰਬਰ ਤੋਂ 10 ਬੱਗ ਬੱਖ ਵਿਭਾਗ ਦੇ 533 ਪਦਿਆਂ ਉੱਪਰ ਸੀਬੀਡੀ ਪ੍ਰੀਖਿਆ ਸ਼ੁਰੂ ਕਰਨ ਜਾਰੀ ਦਿਆ। ਕੋਵਿਡ ਦੇ ਕਾਰਨ ਜੇ ਕੇ ਐਸ ਐਸ ਬੀ ਦਾ ਪ੍ਰੀਖਿਆ ਸ਼ਡਿਊਲ ਮਤਾਰਾ ਪ੍ਰਭਾਵਿਤ ਹੋ ਆ। ਉਹ ਕੋਵਿਡ ਦੇ ਮਾਮਲੇ ਚ ਕਮੀ ਆਂਦੇਗੇ ਬੋਰਡ ਨੇ ਪ੍ਰੀਖਿਆਾਂ ਦੇ ਆਯੋਜਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਪ੍ਰੀਖਿਆ ਦੇ ਸਫਲ ਆਯੋਜਨ ਲਈ ਬੋਰਡ ਨੇ ਵੀ तमाम ਮਤੇ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਹਨ ਕੋਵਿਡ ਐਸਓਪੀ ਦਾ ਪਾਲਨ ਕਰਦੇ ਹੋਈ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਪੂਰਵ ਨੈਸ਼ਨਲ ਕਾਨਫਰੰਸ ਐਮਐਲਸੀਟੀਐਸ ਵਜ਼ੀਰ ਉੰਦੀ ਦਿੱਲੀ ਚ ਹੋਈ ਦੀ ਸੰਦੇग्ध ਪਰਿਸਥਿਤੀਆਂ ਦੀ ਮੌਤ ਉੱਪਰ ਉੰਦੇ ਪਰਿਵਾਰ ਕੀ ਸੰਤਵਨਾ ਦੇ ਨੇ ਇਹਤੂ ਲੋਕ ਸਭਾ ਮੈਂਬਰ ਤੇ ਪੂਰਵ ਮੁੱਖ ਮੰਤਰੀ ਜੰਮੂ ਕਸ਼ਮੀਰ ਡਾਕਟਰ ਫਾਰਕ ਅਬਦੁੱਲਾ ਔਰ ਬੁੱਧਵਾਰੇ ਉੰਦੇ ਪਰਿਵਾਰ ਚ ਪੁਜੇ ਤੇ ਉੰਦੇ ਪਰਿਵਾਰ ਆਲੇਗੇ ਸੰਤਵਨਾ ਦਿੱਤੀ। ਕਸ਼ਮੀਰ ਚ 7 ਸਾਲ ਬਾਅਦ ਪ੍ਰੋਫੈਸ਼ਨਲ ਗੋਲਫ ਦੀ ਸ਼ਾਨਦਾਰ ਵਾਪਸੀ ਹੋਈ। ਇਸ ਖੇਡ ਦੇ ਜ਼ਰੀਏ ਕਸ਼ਮੀਰ ਚ ਬਦਲਾਵ ਦੀ ਵੱਡੀ ਕਹਾਣੀ ਲਿਖੀ ਗਈ। ਸ਼੍ਰੀਨਗਰ ਦੇ ਡਾਲਚੀਲ ਦੇ ਕਿਨਾਰੇ ਸਥਿਤ ਰਾਇਲ ਸਪ੍ਰਿੰਗ ਗੋਲਫ ਕੋਰਸ ਬੁੱਧਵਾਰੇ ਜੀਐਨ ਕੇ ਓਪਨ 2021 ਗੋਲਫ ਟੂਰਨਾਮੈਂਟ ਸ਼ੁਰੂ ਆ। ਇਹਦੇ ਚ 올림픽 ਉਦਯਨ ਮਾਨਿਤ ਐਸ਼ੀਆਈ ਟੂਰ ਦੇ ਪੂਰਵ ਜੇਤਾ ਜੋਤੀਰਮਨ ਦਾਵਾ ਸਮੇਤ ਦੇਸ਼ ਵਿਦੇਸ਼ ਦੇ 125 ਨਾਮੀ ਗੋਲਫ ਖਿਡਾਰੀ ਕਸ਼ਮੀਰ ਪੁਜੇ। ਪ੍ਰੋਫੈਸ਼ਨਲ 골ਫ ਟੂਰ ਆਫ ਇੰਡੀਆ ਪਾਸਿਆ ਆਯੋਜਿਤ ਇਹ ਪ੍ਰਤੀਯੋਗਤਾ 18 ਸਤੰਬਰ ਤੋਂ ਢਿ ਚਲੀ ਵਿਜੇਤਾ ਨੂੰ 40 ਲੱਖ ਰੁਪਏ ਦੇ ਇਨਾਮ ਮਿਲਣ ਦੀ ਕੋਸ਼ਿਸ਼ ਨਾ ਕੀਤੀ ਗਈ ਸੀ ਕਸ਼ਮੀਰ ਦੇ 골ਫ ਦੇ ਮੈਦਾਨੇ ਚ ਪੀਜੀਟੀਆਈ ਦੀ ਵਾਪਸੀ 7 ਬਰੇ ਬਾਅਦ ਹੋਈ ਇਹਦੇ ਸਾਬਲੇ ਜੁਲਾਈ 2014 ਚ ਸ਼੍ਰੀਨਗਰ ਤੇ ਪੈਲਗਾਮ ਚ 골ਫ ਪ੍ਰਤੀਯੋਗਤਾ ਹੋਈ ਸੀ ਪ੍ਰੇਟਨ ਸਚੀਵ ਸਰਮਦ ਹਫੀਜ਼ੋ ਨੇ ਦੱਸਿਆ ਜੇ ਇਹ ਪ੍ਰਤੀਯੋਗਤਾ ਪ੍ਰੇਟਨ ਵਿਭਾਗ ਕਸ਼ਮੀਰ ਪਾਸਿਆ ਪ੍ਰਯੋਜੀ ਸੀ ਇਹਦੇ ਚ ਨਾ ਸਿਰਫ ਦੁਨੀਆ ਚ ਕਸ਼ਮੀਰ ਦੇ ਸੁੰਦਰ ਤੇ ਆਲਾ ਦਾ ਸੰਦੇਸ਼ ਮਿਲਿਆ ਬਲਕਿ ਕਸ਼ਮੀਰ ਕੀ ਗੋਲਫ ਪ੍ਰੇਟਨ ਦੇ ਮਨਚਿਤਰ ਉਪਰ ਵੀ ਇਹ ਉਭਾਰੀ ਪਾਇਆ ਇਹਦੇ ਚ ਹਿੱਸਾ ਲੈ ਰਿਆਲੇ 125 ਖਿਡਾਰੀ ਏਸ਼ਾ 118 ਪੇਸ਼ੇਵਰ ਤੇ 7 ਐਮਚਰ ਖਿਡਾਰੀ ਹੈ ਦੇਸ਼ ਪਰ ਆਂਗਰ ਪ੍ਰਦੇਸ਼ ਵੀ ਸਾਰਾ ਸਤੰਬਰ ਕੀ ਮਾਨਯ ਪਰਧਾਨ ਮੰਤਰੀ ਸ਼ ਨਰਿੰਦਰ ਮੋਦੀ ਹੁੰਦਾ ਜਨਮ ਦਿਹਾੜਾ ਤੁਮਤਾਮ ਕਰਨੇ ਬਨਾਇਆ ਗਿਆ ਦੇਸ਼ ਪਰ ਆਂਗਰ ਪ੍ਰਦੇਸ਼ ਚ ਸਫਾਈ ਅਭਿਆਨ ਦੇ ਤੋਰਾ ਉਪਰ ਇਸਤਿਹਾਰੇ ਕੀ ਮਨਾਇਆ ਗਿਆ ਏ 17 ਸਤੰਬਰ ਕੋਲਾ ਸ਼ੁਰੂ ਹੋਈ ਹੈ 7 ਅਕਤੂਬਰ ਤੋੜੀ ਜਾਰੀ ਰੋਗ ਬਖ ਬਖ ਥਾਰੇ ਉਪਰ ਭਾਜਪੀ ਕਾਰਕਟਰਤੇ ਔਰ ਲੋਕੇ ਵੀ ਮਿਲੀਏ ਸਫਾਈ ਅਭਿਆਨ ਕੀ ਜਾਰੀ ਰੱਖਣੇ ਲਈ ਲੋਕੇਂ ਕੀ ਜਾਗਰੂ ਕੀਤਾ ਜੰਮੂ ਕਸ਼ਮੀਰ ਦੀ ਸਰਕਾਰ ਨੇ ਪ੍ਰਦੇਸ਼ ਕੀ ਪ੍ਰਯਟਨ ਦਾ ਸਿਰਮੋਰ ਬਣਾਨੇ ਗਿੱਤੇ 75 ਨਵੇਂ ਪ੍ਰਯਟਨ ਸਥਲ ਚਿੰਨਿਤ ਕੀਤੇ ਇਹਦੀ ਸੂਚੀ ਹਫਤੇ ਪਰਚ ਫਾਈਨਲ ਕਰ ਦਿੱਤੀ ਜਾਗ ਸਲਾਨੀਏ ਲਈ ਪਹਿਲੇ ਥਵਾ ਪਸੰਦੀਦਾ ਥਾਰ ਰੇ ਦੇ ਜੰਮੂ ਕਸ਼ਮੀਰ ਲਈ ਇਹ ਪ੍ਰਯਾਟਨ ਸਥਲ ਅਰਥਵਵਸਥਾ ਕੀ ਮਜ਼ਬੂਤੀ ਦੇਣਗਣ ਤੇ ਕੰਨੇ ਕੇ ਸਥਾਨੀ ਲੋਕਾਂ ਦੇ ਰੋਜ਼ਗਾਰ ਦੇ ਉਨੇਗੀ ਅਫਸਰ ਵੀ ਮਿਲਗਣ ਇਨੇ ਪ੍ਰਯਾਟਨ ਸਥਲ ਨੇ ਚਾ 35 ਜੰਮੂ ਸੰਵਾਗ ਚ ਤੇ 40 ਕਸ਼ਮੀਰ ਚੋਂਗਣ ਇਹ ਦੱਸਿਆ ਜਾਂਦਾ ਜੇ ਕਟੂਏ ਜ਼ਿਲੇ ਕੀ ਵੀ ਪ੍ਰਾਥਮਿਕਤਾ ਦੇ ਤੋਰਾਂ ਪਰ ਰੱਖਿਆ ਗਿਆ ਕਟੂਏ ਦੇ ਬਨੀ ਤੇ ਬਸੋਲੀ ਚ ਨਵੇਂ ਪ੍ਰਯਾਟਨ ਸਥਾਨੇ ਦੀ ਸੂਚੀ ਚ ਸ਼ਾਮਿਲ ਕਰਨੇ ਕੀ ਤੇ ਚਰਚਾ ਕੀਤੀ ਜਾ ਰਹੀ ਹੈ ਇਹ ਇਲਾਕਾ ਕਸ਼ਮੀਰ ਅੰਗਰ ਪ੍ਰਾਕ੍ਰਿਤਿਕ ਸੁੰਦਰਯ ਕਰਨੇ ਭਰਪੂਰ ਹੈ ਇਨੇ ਇਲਾਕੇ ਕੀ ਵਿਕਸਿਤ ਕਰੀ ਪ੍ਰਯਟਕ ਲਈ ਸੁਵਿਧਾ ਜਟਾਈ ਜਾਗਣ ਦੂਰ ਦਰਾਜ ਦੇ ਇਨੇ ਇਲਾਕੇ ਕੀ ਆਸਾਨ ਪਹੁੰਚ ਦਾ ਇਥੇ ਤੋਂੜੀ ਇੰਤਜ਼ਾਮ ਕੀਤਾ ਜਾਗ ਗੌਰਤੱਲ ਬਹਿ ਕਿ ਜੰਮੂ ਕਸ਼ਮੀਰ ਚ ਅਗਲੇ ਮਹੀਨੇ ਪ੍ਰਯਟਨ ਮੋਤਸਵ ਓਨ ਚਾਰਦਾ ਓਨ ਬਿਲਾ ਹਰਦਾ ਇੱਕ ਲੋਕੀ ਨਹੀਂ ਬ੍ਰੇਕ ਦਾ ਮਿਲਣ ਬ੍ਰੇਕ ਦੇ ਬਾਦ ਮਜ਼ਬੂਤੀ ਕੀ ਪਹਿਚਾਨ ACC ਸੀਮੈਂਟ ਮੈਸਰਸ ਵਿਸ਼ਨਦਾਸ ਜਸਵਾਲ ਐਂਡ ਸਨਸ ਆਥਰਾਇਜ਼ਡ ਸਟਾਕਿਸਟ ACC ਸੀਮੈਂਟ 45 ਟ੍ਰਾਂਸਪੋਰਟ ਨਗਰ ਜੰਮੂ ਬ੍ਰੇਕ ਦੇ ਬਾਅਦ ਪਰਤੀਏ ਤੁੰਦਾ ਸਵਾਗਤ ਹੈ ਹਫਤੇ ਦੇ ਲਿਖੇ ਜੋਖੇ ਚ ਮਾਨਯੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਬਾਈ ਮੋਦੀ ਹੁੰਦਾ ਜਨਮ ਦਿਹਾੜਾ 17 ਸਤੰਬਰ ਚ ਦੇਸ਼ ਪਰ ਆਂਗਰ ਪ੍ਰਦੇਸ਼ ਪਰ ਚ ਵੀ ਬੜੇ ਗੇ ਤੁਮ-ਤਾਮ ਕਰੇ ਮਨਾਇਆ ਗਿਆ ਇਸ ਦਿਹਾੜੇ ਦੀ ਸਫਾਈ ਬਿਆਨ ਦੇ ਤੌਰ 'ਤੇ ਵੀ ਮਨਾਇਆ ਗਿਆ ਤੇ ਜਿਹੜਾ 17 ਸਤੰਬਰ ਕੋਲਾ ਸ਼ੁਰੂ ਹੋਈ ਹੈ 7 ਅਕਤੂਬਰ ਤੋੜੀ ਜਾਰੀ ਰੋਗ ਥਾਰੇ ਧਾਰੇ ਉੱਪਰ ਲੋਕਾਂ ਕੀ ਸਫਾਈ ਦੇ ਪ੍ਰਤੀ ਜਾਗਰੂਕਤਾ ਕੀਤਾ ਗਿਆ ਕੰਨੇ ਕੇ ਕੰਨੇ ਭਾਜੀਪੀ ਜੀਐਨਕੇ ਪਾਸਿਆ ਤਿੰਨ ਦਿਨੇ ਤੋੜੀ ਐਗਜ਼ੀਬਿਸ਼ਨ ਦੀ ਸ਼ੁਰੂਆਤ ਵੀ ਕੀਤੀ ਗਈ ਕਸ਼ਮੀਰ ਸੰਵਾਗ ਦੇ ਕੁਲਗਾਮ ਚ ਆਤੰਕੀ ਪੁਲਿਸ ਦੇ ਜਵਾਨ ਦੀ ਗੋਲੀ ਮਾਰੀ ਉਹਦੀ ਅਤਿਆ ਕਰਿਓੜੀ ਸ਼ਹੀਦ ਜਵਾਨ ਦੀ ਪਛਾਣ ਬੰਟੂ ਸ਼ਰਮਾ ਦੇ ਰੂਪਾ ਚੋਈ ਹੈ ਬੇਟੇ ਦੀ ਸ਼ਹਾਦਤ ਦੀ ਸੂਚਨਾ ਮਿਲਦੇਗੇ ਪਰਿਵਾਰ ਚ ਕੋਰ ਮਚ ਗਿਆ ਉਧਰ ਅਮਲਾਵਨ ਦੀ ਤਲਾਸ਼ ਚ ਇਲਾਕੇ ਦੀ ਕੇਰਵੰਦੀ ਕਰੀ ਅਭਿਆਨ ਚਲਾਇਆ ਜਾ ਰਿਹਾ ਹੈ ਇਹਦੇ ਸ਼ਪੱਲੇ ਐਤਵਾਰੇ ਆਤੰਕੀ ਸ਼੍ਰੀਨਗਰ ਚ ਕਾਤ ਲਾਈਏ ਸਬ ਇੰਸਪੈਕਟਰ ਅਰਸ਼ੀਦ ਅਹਿਮਦ ਦੀ ਅਤਿਆ ਕੀਤੀ ਗੌਰਤ ਲਵ ਹੈ ਕਿ ਬੁਖਲਾਏ ਦੇ ਚਲਦੇ ਆਤੰਕੀ ਸੰਗਠਨੇ ਆਪਣੀ ਰਣਨੀਤੀ ਚ ਬਦਲਾਅ ਕੀਤਾ ਹੈ ਉਹ ਇਟ ਐਂਡ ਰਨ ਦੇ ਕਨੇ ਕਨੇ ਗ੍ਰੇਨੇਡ ਅਮਲੇ Nghi ਅੰਜਾਮ ਦੇਨੇ ਦੀ ਸਾਜ਼ਿਸ਼ ਰਚਾਰਦੇ ਨੇ ਤਾਂਕੀ ਸੁਰੱਖਿਆ ਬਲਾਂ Nghi ਨੁਕਸਾਨ ਪਹੁੰਚਾਇਆ ਜਾ ਸਕੇ ਇਨਾਗੇ ਨੇਈ ਯੂਜੀ ਕਟਨਾਂ Nghi ਓਵਰਗ੍ਰਾਉਂਡ ਵਰਕਰ ਤੇ ਹਾਈਬ੍ਰਿਡ ਆਤੰਕੀਏ ਪਾਸਿਆ ਅੰਜਾਮ ਦਿੱਤਾ ਚਾਰਦਾ ਹੈ ਤਾਂਕੀ ਉੰਦੇ ਸ਼ਾ ਅਗਰ ਕੋਈ ਮਾਰਿਆ ਜਾਂ ਪਕੜਾ ਜਾਂਦਾ ਤੇ ਆਤੰਕੀ ਸੰਗਠਨੇ ਕੀ ਕੋਈ ਵੱਡਾ ਤਕਾ ਨਹੀਂ ਲੱਗੀ ਸਕੇ ਕੇਂਦਰੀ ਮੰਤਰੀ ਸਰਵਨਾੰਦ ਸੋਨੋਵਾਲ ਨੇ ਆਖਿਆ ਜੇ ਕਸ਼ਮੀਰ ਕਾਟਿਚ 336 ਕਸ਼ਮੀਰੀ ਪੰਡਿਤ ਪ੍ਰਵਾਸੀ ਪਰਿਵਾਰਾਂ ਦੇ ਪੁਨਾਵਾਸ ਦੇ ਪ੍ਰਯਾਸੇ ਦੇ ਤਹਿਤ ਬਾਰਾਮੁੱਲਾ ਚ 40 ਕਰੋੜ ਰੁਪਏ ਦਾ ਟ੍ਰਾਂਜ਼ਿਟ ਕੈਂਪ ਬਣਾਇਆ ਜਾਗ ਸੋਨੋਵਾਲ ਨੇ ਸ਼ੁੱਕਰਵਾਰ ਨੂੰ ਟ੍ਰਾਂਜ਼ਿਟ ਕੈਂਪ ਦੀ ਆਧਾਰਸ਼ੀਲ ਰੱਖਣ ਦੇ ਬਾਅਦ ਦੱਸਿਆ ਜੇ ਕਸ਼ਮੀਰੀ ਪੰਡਿਤਾਂ ਦੇ ਪ੍ਰਵਾਸੀ ਪਰਿਵਾਰੇ ਲਈ ਇਹ ਕੇਂਦਰ ਸਰਕਾਰ ਦੇ ਮਤਨਪੂਰਨ ਗੈਂ ਜਿਸ ਕੀ ਕਾਟਿਚ ਇਦੇ ਆਉਣ ਦੇ ਪ੍ਰੰਤ ਕਾਟੀਚ ਸ਼ਾਂਤੀ ਪਰਤੋਈ ਆਗ। ਉਹਨੇ ਦੱਸਿਆ ਜੇ ਕਸ਼ਮੀਰੀ ਪੰਡਿਤਾਂ ਦੇ ਪੁਨਰਵਾਸ ਲਈ 40 ਕਰੋੜ ਰੁਪਏ ਦੀ ਲਾਗਤ ਕੰਨੇ ਟਰਾਂਜ਼ਿਟ ਕੈਂਪ ਬਣਾਇਆ ਜਾਗ ਜਿਹਦੇ ਚ ਕੁੱਲ 336 ਪਰਿਵਾਰਾਂ ਗੇ ਠਹਿਰਾਇਆ ਜਾਗ। ਕਸ਼ਮੀਰ ਦੇ ਲੋਕ ਵੀ ਚਾਹੁੰਦੇ ਨੇ ਜੇ ਕਸ਼ਮੀਰੀ ਪੰਡਤ ਵਾਪਸ ਆਣ ਤਾਂਕੀ ਸਾਰੇ ਕਿੱਠਿ ਹੋਈ ਹੈ ਸ਼ਾਂਤੀ ਕੰਨੇ ਰਹਿ ਸਕਣ। ਲੋਕੇ ਦੀ ਇੱਛਾ ਦੇ ਅਨੁਸਾਰ ਟਰਾਂਜ਼ਿਟ ਕੈਂਪ ਲਾਇਆ ਜਾ ਰਿਹਾ ਹੈ। ਆਜ਼ਾਦੀ ਦਾ ਅੰਮ੍ਰਿਤ ਮਹੋਸਤਵ ਦੇ ਤਹਿਤ ਹੁਣ ਕਾਲਜ ਅਤੇ ਵਿਸ਼ਵਵਿਦਿਆਲੇ ਸਰਮੇਤ ਬਾਕੀ ਉੱਚ ਸਿੱਖਿਆ ਸੰਸਥਾਨਾਂ ਦੀ ਵੈੱਬਸਾਈਟ ਸੋਸ਼ਲ ਮੀਡੀਆ ਪਲੇਟਫਾਰਮ ਅਧਿਕਾਰਿਕ ਸਟੇਸ਼ਨਰੀ ਵਿਗਿਆਪਨ ਦੇ ਅਧਿਕਾਰਿਕ ਪੱਤਰਕਾਰ ਦੇ ਮਾਧਿਅਮ ਕੰਨੇ ਵਿਆਪਕ ਪ੍ਰਚਾਰ ਕਰਨਾ ਔਗ ਵਿਸ਼ਵਵਿਦਿਆਲੇ ਅਨੁਦਾਨ ਆਯੋਗ ਬਖਿਆ ਜਾਰੀ ਕੀਤੀ ਗਈ ਦੀ ਅਦੀ ਸੂਚਨਾ ਚ ਦੱਸਿਆ ਗਿਆ ਜੇ ਆਜ਼ਾਦੀ ਦਾ ਅੰਮ੍ਰਿਤ ਮਹੋਸਤ ਦੇ ਲੋਕਾਂ ਦਾ ਪ੍ਰਚਾਰ ਕਰਨਾ ਅਨਿਵਾਰਿਆ ਹੈ ਹਾਲਾਂਕਿ ਪਰਦੇਸ਼ ਦੇ ਸੱਭੇ ਕਾਲਜ ਤੇ ਵਿਸ਼ਵਵਿਦਿਆਲੇ ਚ ਆਜ਼ਾਦੀ ਦਾ ਅੰਮ੍ਰਿਤ ਮਹੋਸਫ ਦੇ ਤਹਿਤ ਬੱਕ ਬੱਕ ਚਾਲੀ ਦੀ ਗਤੀਵਧੀਆਂ ਕਰਵਾਈਆਂ ਚਾਰ ਦਿਨ ਹਫਤੇ ਦੇ ਲੇਖੇ ਜੋਖੇ ਦੇ ਅੱਜ ਦੇ ਇਸ ਅੰਕ ਚ ਬਸ ਇੰਨਾ ਗਏ ਮੀ ਤੇ ਮੇਰੀ ਪੂਰੀ ਟੀਮ ਕੀ ਦਿਓ ਇਜਾਜ਼ਤ ਤੇ ਤੁਸ ਦਿੱਤੇ ਰੋ ਪੀਪੀ ਨਿਊਜ਼ ਲਾਈਨ ਨਮਸਕਾਰ ਮਜ਼ਬੂਤੀ ਕੀ ਪਹਿਚਾਨ اے سی سی ਸੀਮੈਂਟ ਮੈਸਰਸ ਵਿਸ਼ਨ ਦਾਸ ਜਸਵਾਲ ਐਂਡ ਸਨਸ ਆਥਰਾਇਜ਼ਡ ਸਟਾਕਿਸਟ اے سی سی ਸੀਮੈਂਟ 45 ਟ੍ਰਾਂਸਪੋਰਟ ਨਗਰ ਜੰਮੂ